ਤੇ ਅਗਲੀ ਖਬਰ ਦੇ ਵੱਲ ਵਧੀਏ। ਕੱਲ੍ਹ ਜਿਹੜਾ ਪੰਜਾਬ ਦਾ ਮਾਹੌਲ ਸੀਗਾ ਸ਼ਰਮਾ ਜੀ, ਉਹ ਦਾਅਵਿਆਂ ਦੇ ਨਾਲ ਪੰਜਾਬ ਸਰਕਾਰ ਨੇ ਆਪਣੇ ਹੱਕ ਦੇ ਵਿੱਚ ਕੀਤਾ ਹੋਇਆ ਸੀਗਾ। ਕਈ ਵਾਰੀ ਨਾ ਇਮੋਸ਼ਨਲ ਮਾਮਲਿਆਂ 'ਤੇ ਲੋਕ ਸਰਕਾਰ ਦੇ ਨਾਲ ਖੜ ਜਾਂਦੇ ਨੇ, ਲੋਕਾਂ ਨੂੰ ਲੱਗਦਾ ਕਿ ਸ਼ਾਇਦ ਸਰਕਾਰ ਸੱਚ ਬੋਲ ਰਹੀ ਹੈ, ਸੈਂਟੀਮੈਂਟਸ ਕਈ ਵਾਰੀ ਹੁੰਦੇ ਨੇ ਨਾ ਆਪਣੇ। ਪਰ ਜਾਖੜ ਸਾਹਿਬ ਨੇ ਇੱਕ ਵੱਖਰੀ ਗੱਲ ਕੱਢ ਲਿਆਂਦੀ ਹੈ। ਉਹ ਕਹਿੰਦੇ ਕਿ ਮਾਨ ਅਤੇ ਕੇਜਰੀਵਾਲ ਦੀਆਂ ਫੋਟੋਆਂ ਲੱਗੀਆਂ, ਇਸ ਕਰਕੇ ਜਿਹੜੀ ਪੰਜਾਬ ਦੀ ਝਾਕੀ ਉਹ ਰੱਦ ਹੋਈ। ਪ੍ਰਵੀਨ ਜੀ, ਪਹਿਲੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਸਾਹਮਣੇ ਲਿਆਂਦੀ, ਪ੍ਰੈਸ ਕਾਨਫਰੰਸ ਕੀਤੀ, ਤੇ ਉਸ ਦਿਨ ਸੁਨੀਲ ਜਾਖੜ ਨੇ ਕਿਹਾ ਸੀਗਾ ਕਿ ਇਹ ਰੱਦ ਨਹੀਂ ਹੋਣੀ ਚਾਹੀਦੀ, ਪੰਜਾਬ ਦੀ ਝਾਕੀ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ, ਪਰ ਇਹਦੇ 'ਤੇ ਰਾਜਨੀਤੀ ਦੀ ਲੋੜ ਨਹੀਂ। ਉਦਣ ਉਹ ਗੋਲ ਜੀ ਗੱਲ ਕਰ ਗਏ ਸੀ ਮਤਲਬ, ਪਰ ਦੂਸਰੇ ਦਿਨ ਉਹਨਾਂ ਨੇ ਅਚੇਚੇ ਤੌਰ 'ਤੇ ਪ੍ਰੈਸ ਕਾਨਫਰੰਸ ਸੱਦੀ, ਤੇ ਪ੍ਰੈਸ ਕਾਨਫਰੰਸ ਸੱਦ ਕੇ ਸੁਨੀਲ ਜਾਖੜ ਨੂੰ ਇੱਕ ਸੁਹਿਰਦ ਲੀਡਰ ਵਜੋਂ ਜਾਣਿਆ ਜਾਂਦਾ। ਅੱਜ ਕੱਲ੍ਹ ਭਾਜਪਾ ਦੀ ਬੋਲੀ ਬੋਲਦੇ ਨੇ, ਭਾਜਪਾ ਦੇ ਵਿੱਚ ਨੇ, ਭਾਜਪਾ ਦੇ ਪ੍ਰਧਾਨ ਨੇ, ਪਰ ਫਿਰ ਵੀ ਸੁਨੀਲ ਜਾਖੜ ਨੂੰ ਥੋੜੇ ਜਿਹੇ ਲੋਕ ਨਾ ਗੰਭੀਰਤਾ ਨਾਲ ਲੈਂਦੇ ਆ ਕਿ ਯਾਰ ਉਹ ਗੱਲ ਜ਼ਿਆਦਾ ਟਪਲੇਬਾਜ਼ੀ ਵਾਲੀ ਨੀ ਕਰੂਗਾ। ਜੇ ਸੁਨੀਲ ਜਾਖੜ ਇਹ ਗੱਲ ਕਹਿ ਰਿਹਾ ਕਿ ਹਾਂ ਜੀ ਇਹ ਰੱਦ ਹੋਣ ਦਾ ਕਾਰਨ ਇਹ ਨੀ ਹੈਗਾ ਕਿ ਜੀ ਮਤਲਬ ਕਿ ਇਹ ਪੰਜਾਬ ਦੀ ਝਾਕੀ ਸੀ ਤਾਂ ਰੱਦ ਹੋ ਗਿਆ, ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜੀਆਂ ਗਈ ਝਾਕੀਆਂ ਸੀ ਤਾਂ ਰੱਦ ਹੋ ਗਿਆ, ਕਹਿੰਦੀ ਇਹਦਾ ਮੁੱਖ ਕਾਰਨ ਤਾਂ ਇਹੀ ਹੈ ਕਿ ਇਹ ਥੀਮ ਆਧਾਰਿਤ ਸਹੀ ਨਹੀਂ ਸੀ। ਠੀਕ ਹੈ, ਤੇ ਥੀਮ ਆਧਾਰਿਤ ਦਾ ਪੱਖ ਮੁੱਖ ਤੌਰ ਤੇ ਇਹ ਸੀ, ਕਹਿੰਦੇ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਆਪਣੀਆਂ ਤਸਵੀਰਾਂ ਲਾਈਆਂ ਸੀ ਉਹਦੇ ਉੱਤੇ ਝਾਕੀਆਂ, ਇਸ ਲਈ ਕਹਿੰਦੇ ਰੱਦ ਹੋ ਗਿਆ। ਪੰਜਾਬ ਦੀ ਝਾਕੀ ਰੱਦ ਹੋਣ ਦਾ ਕਾਰਨ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਇਹਨਾਂ ਝਾਕੀਆਂ ਤੇ ਫੋਟੋ ਲੱਗੀ ਸੀ ਕੇਜਰੀਵਾਲ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ, ਇਹ ਵੱਡਾ ਨਿਸ਼ਾਨਾ ਆਮ ਆਦਮੀ ਪਾਰਟੀ ਦਾ, ਬੇਸ਼ੱਕ ਮਾਲਵਿੰਦਰ ਕੰਗ ਨੇ ਇਸ ਤਰਕ ਨੂੰ ਖਾਰਜ ਕੀਤਾ, ਉਹਨਾਂ ਦੀ ਇਸ ਬਿਆਨਬਾਜ਼ੀ ਨੂੰ ਤੁਰੰਤ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਕੇ ਮਤਲਬ ਕਿ ਖੰਡਨ ਕਰਦਿਆਂ ਕਿਹਾ ਕਿ ਨਹੀਂ ਜੀ ਇਹ ਝੂਠੇ ਦੋਸ਼ ਲਾਏ ਜਾ ਰਹੇ ਨੇ, ਕੋਈ ਫੋਟੋ ਨਹੀਂ ਲੱਗੀ ਸੀ, ਕਿਤੇ ਵੀ ਫੋਟੋ ਨਹੀਂ ਸੀ, ਦਿਖਾਉਣ ਜੇ ਫੋਟੋ ਬਿਲਕੁਲ। ਸੁਨੀਲ ਜਾਖੜ ਜੇ ਗੱਲ ਕਰ ਰਹੇ ਨੇ, ਹੁਣ ਦੇਖੋ ਭਗਵੰਤ ਮਾਨ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਤਿੰਨ ਝਾਕੀਆਂ ਦਿਖਾਈਆਂ ਜੀ ਜੀ ਕਿ ਆਹ ਅਸੀਂ ਭੇਜ ਰਹੇ ਸੀਗੇ ਜੀ, ਮੂਹਰੇ ਲਾਈ ਸੀ, ਪਿੱਛੇ ਲਾਈ ਸੀ, ਸਾਈਡ ਤੇ ਲਾਈ ਸੀ, ਜੇ ਲਾਈ ਸੀ ਤਾਂ ਭਾਈ ਉਹ ਚ ਤਾਂ ਦਿਖੀ ਨੀ ਜਿੰਨੀ ਫੋਟੋ ਦਿਖਾਈ ਅਗਲੇ ਨੇ। ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਤਾਂ ਦਿੱਤਾ ਜੀ, ਬਾਕੀ ਤਰਕਾਂ ਚ ਜਾਨ ਹੋ ਸਕਦੀ ਹੈ ਹੋਵੇ, ਜਿਹੜੀ ਉਹ ਗੱਲ ਕਰ ਰਹੇ ਨੇ ਕਿ 2007 ਤੋਂ ਲੈ ਕੇ ਤੱਕ ਮਤਲਬ ਕਿ ਇਹਨਾਂ ਇਸ ਸਭ ਦੇ ਦਰਮਿਆਨ 17 ਕੁ ਸਾਲਾਂ ਚ ਕਹਿੰਦੇ ਜੀ 2007 ਤੋਂ ਹੁਣ ਤੱਕ ਕਹਿੰਦੇ ਜੀ ਇੰਨੇ ਸਾਲਾਂ ਦੇ ਦਰਮਿਆਨ 9 ਵਾਰ ਪੰਜਾਬ ਦੀ ਝਾਕੀ ਨੂੰ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਚ ਥਾਂ ਨਹੀਂ ਮਿਲੀ ਜੀ। ਕਹਿੰਦੇ ਬਾਦਲਾਂ ਦੇ ਟਾਈਮ ਏ 2007 ਤੋਂ ਜਿਹੜਾ 17 ਤੱਕ ਦਾ ਦੌਰ ਆਉਂਦਾ ਜਿਹਦੇ ਵਿੱਚ 9 ਵਾਰ ਨਹੀਂ ਮਿਲੀ, ਫਿਰ 7 ਤੋਂ ਅਕਾਲੀ ਦਲ ਬੀਜੇਪੀ ਦੀ ਜਿਵੇਂ ਸਰਕਾਰ ਰਹੀ ਹੈ 17 ਤੱਕ ਤਾਂ ਹੈ ਨਾ, 10 ਸਾਲ ਇਹਨਾਂ ਦਾ ਰਾਜ ਰਿਹਾ, ਇਹ 10 ਸਾਲਾਂ ਦੇ ਵਿੱਚ ਵੀ 4 ਵਾਰ ਮਤਲਬ ਕਿ ਸਾਡੀ ਝਾਕੀ ਨੂੰ ਥਾਂ ਨਹੀਂ ਮਿਲੀ। ਸੋ ਇਸ ਲਈ ਕਹਿੰਦੇ ਕਿ ਇਹ ਵੀ ਤਾਂ ਇੱਕ ਹਵਾਲਾ ਹੈਗਾ ਕਿ ਅਕਾਲੀਆਂ ਦੇ ਟਾਈਮ ਵੀ ਹੁੰਦਾ ਰਿਹਾ, ਕਾਂਗਰਸੀ ਦੇ ਟਾਈਮ ਵੀ ਹੁੰਦਾ ਰਿਹਾ, ਕਦੇ ਮਿਲ ਗਈ ਸਾਰੇ ਸੂਬਿਆਂ ਨੂੰ ਨਹੀਂ ਮਿਲਦੀ। ਕਹਿੰਦੇ 9 ਵਾਰ 2007 ਤੋਂ ਅੱਜ ਦੀ ਤੱਕ 17 ਸਾਲਾਂ ਚ ਜੇਕਰ 9 ਵਾਰ ਨਹੀਂ ਮਿਲੀ ਤਾਂ ਇਹਦਾ ਮਤਲਬ ਕਿ ਇਹ ਥੋੜਾ ਕਿ ਇਕੱਲੇ ਤੁਹਾਡੇ ਬਾਰੇ ਹੋਇਆ, ਪਰ ਕਹਿੰਦੇ ਤੁਹਾਡੇ ਵਾਰ ਰੱਦ ਹੋਣ ਦਾ ਅਹਿਮ ਕਾਰਨ ਇਹ ਆ ਕਿ ਕਹਿੰਦੇ ਜੀ ਇਹਨਾਂ ਦੋਵਾਂ ਨੇ ਆਪਣੀ ਫੋਟੋਆਂ ਲਾਈਆਂ ਸੀ, ਪਰ ਉਹ ਫੋਟੋਆਂ ਵਾਲੀ ਅਜੇ ਤਸਵੀਰ ਦਿਖਾਈ ਨਹੀਂ। ਸੋ ਜਾਂ ਤਾਂ ਉਹ ਤਸਵੀਰ ਜਾਰੀ ਕਰਦੇ, ਲੱਗੀਆਂ ਹੋਈਆਂ ਜਾਰੀ ਕਰਦੇ, ਜਾਂ ਉਹ ਕੇਂਦਰ ਦਾ ਕੋਈ ਇਹ ਕੈਂਸਲ ਕਰਨ ਦੇ ਹਵਾਲੇ ਨਾਲ ਇਹ ਲਿਖੀ ਹੋਈ ਗੱਲ ਦਿਖਾਉਂਦੇ ਕਿ ਫੋਟੋਆਂ ਹਟਾਓ ਦੀ ਗੱਲ ਕਹੀ ਆ ਉਹਨਾਂ ਨੇ, ਜਾਂ ਆਪਣੀਆਂ ਫੋਟੋਆਂ ਮਤਲਬ ਕਿ ਕਦੇ ਅਸੀਂ ਝਾਕੀਆਂ ਦੇ ਵਿੱਚ ਏਦਾਂ ਕਿਸੇ ਸੂਬੇ ਦੀਆਂ ਮੁੱਖ ਮੰਤਰੀਆਂ ਦੀਆਂ ਫੋਟੋਆਂ ਲੱਗੀਆਂ ਨਹੀਂ ਦੇਖੀਆਂ, ਸੂਬੇ ਦੀ ਨੁਮਾਇੰਦਗੀ ਹੁੰਦੀ ਆ ਸਰਕਾਰ ਦੀ ਜਾਂ ਸਰਕਾਰ ਦੇ ਕਿਸੇ ਚੋਰੀ ਚਿਹਰੇ ਮੋਹਰੇ ਦੀ ਨਹੀਂ। ਪਰ ਜੇ ਸੁਨੀਲ ਜਾਖੜੇ ਲਾ ਰਹੇ ਨੇ ਦੋਸ਼ ਤਾਂ ਜੇ ਸੱਚੇ ਨੇ ਤਾਂ ਉਹਨਾਂ ਨੂੰ ਉਹ ਤੱਥ ਵੀ ਸਾਹਮਣੇ ਲਿਆ ਕੇ ਰੱਖਣੇ ਚਾਹੀਦੇ ਸੀ। ਕੰਗ ਨੇ ਇਹਨਾਂ ਦਾ ਖੰਡਨ ਕੀਤਾ, ਦਿਖਾਈ ਕੰਗ ਨੇ ਵੀ ਕੋਈ ਫੋਟੋ ਨੀ ਕਿ ਹਾਂ ਦੇਖੋ ਜੀ ਚਾਰੇ ਪਾਸਿਓਂ ਦੇਖ ਲਓ, ਆ ਕੇ ਕਿਸੇ ਪਾਸੇ ਨੀ ਲਾਈ ਸੀ ਹੈ ਨਾ, ਤੇ ਜਾਂ ਹੁਣ ਬਾਅਦ ਦੀ ਵਾਲੀ ਫੋਟੋ ਹੋਵੇ। ਪਰ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਰੱਦ ਪਹਿਲਾਂ ਵੀ ਹੁੰਦੀਆਂ ਰਹੀਆਂ, ਤੇ ਪਰ ਸਵਾਲ ਇਹ ਹੈ ਕਿ ਜਾਖੜ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਕੇ ਉੱਠ ਗਏ ਕਿ ਜੀ ਕੇਂਦਰ ਨੇ ਧੱਕਾ ਕੀਤਾ, ਸਾਡੀ ਝਾਕੀ ਸ਼ਾਮਿਲ ਕੀਤੀ, ਪ੍ਰਕਾਸ਼ ਸੁਖਵੀਰ ਸਿੰਘ ਬਾਦਲ ਕਹੀ ਜਾਂਦੇ ਨੇ ਜੀ ਇਹ ਕੇਂਦਰ ਦਾ ਧੱਕਾ ਜੀ, ਝਾਕੀ ਤਾਂ ਸ਼ਾਮਿਲ ਕਰਨੀ ਚਾਹੀਦੀ ਸੀ, ਤੁਸੀਂ ਕਹੀ ਜਾਂਦੇ ਹੋ ਜੀ ਨਹੀਂ ਜੀ ਇਹਨਾਂ ਦੀ ਨਲਾਇਕੀ ਕਰਕੇ, ਪਰ ਝਾਕੀ ਸ਼ਾਮਿਲ ਕਰਾਉਣ ਲਈ ਕੌਣ ਜਾਊਗਾ ਦਿੱਲੀ? ਤੁਸੀਂ ਦਿੱਲੀ ਜਾਓ, ਜੇ ਭਗਵੰਤ ਮਾਨ ਨਹੀਂ ਜਾਂਦੇ ਤਾਂ ਤੁਸੀਂ ਚਲੇ ਜਾਓ, ਤੁਹਾਡੀ ਤਾਂ ਪਾਰਟੀ ਦੀ ਸਰਕਾਰ ਹੈ, ਬਿਲਕੁਲ ਤੁਸੀਂ ਸ਼ਾਮਿਲ ਕਰਾਇਆ।
ਤੁਸੀਂ ਕਹਿ ਦੋ ਕਿ ਹਾਂ ਮਤਲਬ ਇਸ ਲਈ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ ਝਲਕਾਰਾ ਜ਼ਿਆਦਾ ਪੈ ਰਿਹਾ ਹੁਣ ਇਸ ਝਾਕੀਆਂ ਦੇ ਮੁੱਦੇ ਤੇ। ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਕਿ ਕੇਂਦਰ ਨੇ ਜੀ ਕਮਾਲ ਕਰਤਾ, ਨਰਿੰਦਰ ਮੋਦੀ ਨੇ ਕਮਾਲ ਕਰਤਾ ਜੀ, ਸਾਹਿਬਜ਼ਾਦਿਆਂ ਦੇ ਦਿਹਾੜਿਆਂ ਨੂੰ ਵੀਰਵਾਲ ਦਿਵਸ ਦੇ ਰੂਪ ਚ ਦੁਨੀਆਂ ਭਰ ਚ ਫੈਲਾਤਾ ਜੀ, ਮਤਲਬ ਮੋਦੀ ਤੋਂ ਪਹਿਲਾਂ ਜਿਵੇਂ ਕੋਈ ਕਿਸੇ ਨੂੰ ਪਤਾ ਹੀ ਨਾ ਹੋਵੇ ਇਸ ਗੱਲ ਦਾ, ਇਲਮੇ ਨਾ ਹੋਵੇ, ਇਹ ਇਹ ਦਰਸਾਉਣ ਦੀ ਕੋਸ਼ਿਸ਼ ਹੈ। ਚਲੋ ਜੇ ਤੁਸੀਂ ਦੋ ਦਿਨ ਪਹਿਲਾਂ ਉਹ ਦਿਹਾੜਾ ਮਨਾ ਕੇ ਆਪਣੇ ਆਪ ਨੂੰ ਸਿੱਖ ਭਾਈਚਾਰੇ ਨਾਲ ਪੰਜਾਬੀਆਂ ਨਾਲ ਆਪਣਾ ਮੋਹ ਜਗਾ ਰਹੇ ਹੋ, ਤਾਂ ਦੂਏ ਦਿਨ ਤੁਸੀਂ ਚਿੱਠੀਆਂ ਆਉਂਦੀਆਂ ਕਿ ਤੁਸੀਂ ਝਾਕੀ ਸਾਡੀਆਂ ਰੱਦ ਕਰ ਰਹੇ ਹੋ। ਸੋ ਫਿਰ ਇਹ ਇਹ ਦੋਹਰੀ ਰਾਜਨੀਤੀ ਦਾ ਵੀ ਇੱਕ ਪ੍ਰਤੀਕ ਹੈ। ਪਰ ਨਾ ਜਾਖੜ ਇਸ ਕੰਮ ਦੀ ਪਹਿਲਕਦਮੀ ਕਰਦੇ ਨਜ਼ਰ ਆਏ ਕਿ ਮੈਂ ਝਾਕੀ ਸ਼ਾਮਿਲ ਕਰਾਉਣ ਜਾਊ, ਨਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਨਜ਼ਰ ਆਇਆ ਕਿ ਹਾਂ ਮਤਲਬ ਕਿ ਮੈਂ ਦਿੱਲੀ ਚੱਲਿਆ, ਤੇ ਨਾ ਹੀ ਮਤਲਬ ਕਿ ਸੁਖਬੀਰ ਬਾਦਲ ਹੋਰਾਂ ਵੱਲੋਂ ਜਾਂ ਅਕਾਲੀ ਦਲ ਵੱਲੋਂ ਕਿਸੇ ਵੱਲੋਂ ਪਹਿਲਕਦਮੀ। ਸੋ ਸਿਰਫ ਬਿਆਨਬਾਜ਼ੀ ਰਾਜਨੀਤੀ ਹੁੰਦੀ ਨਜ਼ਰ ਆ ਰਹੀ ਹੈ ਇਸ ਮਸਲੇ ਦੇ ਹੱਲ ਲਈ ਜਾਂ ਝਾਕੀ ਸ਼ਾਮਿਲ ਕਰਾਉਣ ਲਈ ਮੈਨੂੰ ਕੋਈ ਤਰਸ ਫਿਰਦ ਨਜ਼ਰ ਨਹੀਂ ਆਈ। ਜੀ ਜੀ ਸ਼ਰਮਾ ਜੀ, ਤੇ ਆਪਾਂ